ਗੱਲ ਤੇ ਉਹ ਬੋਲ ਕੇ ਗਈ ਆ ਗਾਲੀ ਗਲੋਚ ਕਰਕੇ ਕੀ ਕਹਿੰਦੀ ਗੋਲੀਆਂ ਮਾਰਾਂਗੇ ਤੁਹਾਡੇ, ਉੱਥੇ ਮੈਂ ਬੈਠਾ ਸੁਣ ਰਿਹਾ ਸੀਗਾ, ਕਹਿੰਦੀ ਗੋਲੀਆਂ ਮਾਰਾਂਗੇ ਬਾਅਦ ਚੋਂ ਯੂਪੀ ਬਿਹਾਰ ਭੱਜ ਜਾਵਾਂਗੇ। ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ, ਤੁਹਾਡਾ ਆਪਣਾ ਫਰਜ਼ ਆ। ਜੇ ਤੁਸੀਂ ਵਾਕਿਆ ਪੱਗਾਂ ਨੂੰ ਹੱਥ ਪਾਉਣੇ ਨਾ, ਫਿਰ ਤੁਸੀਂ ਆਪ ਦੇਖ ਲਓ, ਸ਼ਰਿਆਮ ਉਹ ਚਿੱਟਾ ਵੀ ਵੇਚਦੀ ਆ, ਦਾਰੂ ਵੀ ਵੇਚਦੀ ਆ, ਸ਼ਰਿਆਮ ਬਦਮਾਸ਼ੀ ਕਰਦੀ ਆ ਇੱਥੇ, ਕਹਿੰਦੀ ਪੁਲਿਸ ਤਾਂ ਮੇਰੀ ਜੇਬ 'ਚ ਆ। ਉਸ ਤੋਂ ਬਾਅਦ ਦੋ ਬੰਦੇ ਲੈ ਕੇ ਆਏ ਨੇ, ਕਿੱਥੇ ਆ ਕੋਈ ਨਾ ਬੰਦਾ ਫੜਿਆ ਹੋਇਆ, ਉਹ ਜਾ ਰਹੀ ਉਹ ਜਾ ਰਹੀ ਫੜੀਆਂ ਨੂੰ, ਉਹ ਜਨਾਨੀ ਬਦਮਾਸ਼ੀ ਕਰਦੀ ਆ ਇੱਥੇ ਆ ਗਿਆ, ਜੇ ਇੱਕ ਬੰਦਾ ਕਾਬੂ ਕਰ ਲਿਆ ਭਈਆ ਹੱਥੋਂ ਭਾਈ ਹੋਰ ਨੂੰ ਫਿਰਦਾ ਪਿਆ ਸੀਗਾ। ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੁਣ ਉਹ ਦੇਖਦੇ ਲੈ ਕੇ ਆ, ਲੈ ਕੇ ਆਓ ਉਹ ਯਾਰ ਉਧਰ ਮਾਰ ਕੈਮਰਾ ਉੱਥੇ ਆ ਦੇਖ ਸਕਦੇ ਹੋ, ਆ ਬੜੀ ਖਰਾਬ ਆ ਇਹ ਚੱਲ ਨਿਕਾਲ ਲੈਂਦੇ ਰਾਤੀ ਓਏ ਚਿੱਟਾ ਵੀ ਵੇਚਦੀ ਆ, ਇਹ ਦੇਖੋ ਬਦਮਾਸ਼ੀ ਬੜੇ ਖਾਸ ਆ ਜੀ, ਆ ਦੇਖ ਬਦਮਾਸ਼ੀ ਆ ਦੇਖੋ ਬਦਮਾਸ਼ੀ, ਆ ਦੇਖ ਬਦਮਾਸ਼ੀ ਇਹਦੀ, ਇਹ ਦਾਰੂ ਵੇਚਦੀ ਚਿੱਟਾ ਵੇਚਦੀ ਆ, ਕਹਿੰਦੀ ਗੋਲੀ ਮਾਰ ਕੇ ਨਾ ਯੂਪੀ ਬਿਹਾਰ ਭੱਜ ਜਾਵਾਂਗੀ। ਇਹ ਜਿਹਨਾਂ ਦੀ ਕਹਿੰਦੀ ਮਾਰ ਦੇਖੋ ਬਦਮਾਸ਼ੀ, ਹਲੇ ਵੀ ਕਹਿੰਦੀ ਗੋਲੀਆਂ ਮਾਰਾਂਗੇ, ਇਹ ਪੰਜਾਬੀਆਂ ਦੀ ਗੋਲੀ ਮਾਰਨਗੇ ਦੇਖੋ ਖਰੀਦੀ ਹੋਈ ਆ, ਵੀਡੀਓ ਸ਼ੇਅਰ ਕਰੋ, ਦੇਖੋ ਕੱਲੀ ਬਦਮਾਸ਼ੀ ਕਰ ਰਹੀ ਆ, ਕੱਲੀ ਕੱਲੀ ਕਹਿੰਦੀ ਸਰਦਾਰਾਂ ਦੀਆਂ ਪੱਗਾਂ ਲਾਵਾਂਗੇ, ਕਹਿੰਦੀ ਇਹਨੂੰ ਪੱਗ ਲਵਾਣਾ ਦੱਸਦੇ ਸੀ ਕਿੱਦਾਂ ਲਾਉਂਦੇ ਆ, ਪੈਸੇ ਵੀ ਲੈ ਕੇ ਗਏ ਗੱਲੇ ਨੂੰ ਕੱਢ ਕੇ, ਬਦਮਾਸ਼ੀ ਦਿਖਾ ਰਹੀ ਆ ਉੱਥੋਂ, ਪੁਲਿਸ ਨੂੰ ਬੁਲਾਇਆ ਆ, ਦੇਖਦੇ ਜੇ ਪੁਲਿਸ ਕਾਰਵਾਈ ਕਰੂਗੀ ਨਹੀਂ, ਨਹੀਂ ਤਾਂ ਸੋਧਾ ਲਾਵਾਂਗਾ ਉਹਦਾ ਕੈਮਰਾ, ਇੰਨਾ ਭਈਆ ਦਾ ਠੱਲ ਪਾਉਣੀ ਪੈਣੀ ਆ, ਨਹੀਂ ਤਾਂ ਇਹਨਾਂ ਬੇੜਾ ਗਰਕ ਕਰਦਾ, ਇਹਦੀ ਸਪੋਰਟ ਦੇ ਵਿੱਚ ਆਇਆ ਸੀ। ਜਲਦੀ ਜਲਦੀ ਸ਼ੇਅਰ ਕਰ ਦਿਓ ਪੰਜਾਬੀਓ, ਜੇ ਅੱਜ ਨਾ ਜਾਗੇ ਨਾ ਸਾਰੀ ਉਮਰ ਤੁਹਾਡੀਆਂ ਪੱਗਾਂ ਨੂੰ ਹੱਥੇ, ਇਹ ਭਈਏ ਪਾਉਣਗੇ, ਇਹ ਭਈਏ ਪਾਉਣਗੇ, ਲੋਕੀ ਲੱਜੀ ਨੀ ਕਹਿੰਦੇ ਜੇ ਲੱਖਾਂ ਬੋਲਦਾ।
ਸੱਚਾ ਬੋਲਦਾ ਆ, ਇਹਨਾਂ ਲੀਡਰਾਂ ਨੇ ਕੱਖ ਨੀ ਛੱਡਿਆ। ਮੇਰੀ ਸਰਕਾਰ ਨੂੰ ਵੀ ਬੇਨਤੀ ਆ, ਇਹਨਾਂ ਭਈਆਂ ਦੇ ਠੱਲ ਪਾਓ, ਪਹਿਲੇ ਤੇ ਇਹਨਾਂ ਦੇ ਭਈਆਂ ਦੇ ਠੱਲ ਪਾਓ। ਜੇ ਅੱਜ ਤੁਸੀਂ ਇਕੱਠੇ ਪੰਜਾਬੀ ਨਾ ਹੋਏ ਨਾ, ਤੁਹਾਡਾ ਪੇੜਾ ਗਰਕ ਹੋ ਜਾਣਾ। ਇਹਨਾਂ ਭਈਆਂ ਨੇ ਪੱਗਾਂ ਦੇ ਹੱਥ ਪਾਉਣੇ ਨੇ ਢਿੰਡਾਰੀ ਦੇ ਵਿੱਚ, ਇਹਨਾਂ ਭਈਆਂ ਨੇ ਸਾਰਾ ਪੰਜਾਬੀ ਵੀਰ ਮਾਰਤਾ, ਤੇ ਸਾਡੀ ਭੈਣ ਦੇ ਕੱਪੜਿਆਂ ਨੂੰ ਹੱਥ ਪਾਇਆ ਇਹਨਾਂ ਨੇ। ਇਹ ਜਨਾਨੀਆਂ ਤੇ ਕਿੱਦਾਂ ਬੋਲਦੀ ਪਈ, ਕਿੱਦਾਂ ਤੜ ਤੜ ਬੋਲਦੀ ਪਈ, ਹਾਲੇ ਵੀ ਕਹਿੰਦੀ ਤੈਨੂੰ ਗੋਲੀਆਂ ਮਰਵਾ ਕੇ ਯੂਪੀ ਬਿਹਾਰ ਭੱਜਾਂਗੇ, ਤੁਹਾਡੀਆਂ ਪੱਗਾਂ ਲਾਹਾਂਗੇ, ਪੱਗਾਂ ਲਾਹਾਂਗੇ ਤੁਹਾਡੀਆਂ। ਜਬ ਆ ਗਈ ਉਧਰ ਜਹਾਂ ਨੀ, ਆ ਦੇਖੋ ਬੰਦੇ ਗਵਾਹ ਨੇ ਸਾਡੇ ਕੋਲ, ਬੋਲ ਕੇ ਗਈ ਹੈ ਇਧਰ ਸੇ, ਉਸ ਨੂੰ ਬੇਨਤੀ ਆ ਗੋਲੀਆਂ ਮਾਰੇਂਗੇ ਯੂਪੀ ਬਿਹਾਰ ਭੱਜਾਂਗੇ, ਮਰਵਾਣੇ ਗੋਲੀਆਂ, ਮਰਵਾਣੇ ਗੋਲੀਆਂ, ਮਰਵਾਣੇ, ਤੂੰ ਬਦਮਾਸ਼ ਬਣੀ ਬੈਠੀ ਹੈ, ਤੂੰ ਗੋਲੀ ਮੇਰੇ ਪੰਜਾਬ ਚ ਬੈਠੀ ਆ ਯੂਪੀ ਬਿਹਾਰ ਦੀ ਗੱਲਾਂ ਮਾਰਦੀ ਆ, ਯੂਪੀ ਬਿਹਾਰ ਕੇ ਨਾ ਕੋਈ ਨਾ ਬਤਾ ਦੇ। ਬੋਲ ਹੁਣ ਬੋਲ ਪੰਜਾਬ ਤੋਂ ਬਾਹਰ ਨਾ ਕੱਢੇ ਨਾ, ਇਹਨਾਂ ਨੇ ਬਿਨਾਂ ਗੱਲ ਕਰ ਦੇਣਾ। ਆਹ ਦੇਖ ਲੋ ਇਹ ਪੰਜਾਬ ਚ ਬਹਿ ਕੇ ਦੁਕਾਨ ਦੇ ਵਿੱਚ, ਸਾਡੀ ਦੁਕਾਨ ਦੇ ਵਿੱਚ ਬਹਿ ਕੇ ਇਹ ਬਕਵਾਸ ਬਦਮਾਸ਼ੀ 452 ਬੰਦੀ ਆ, ਆਹ ਬੰਦੇ ਨੂੰ ਲੈ ਕੇ ਸਾਡੇ ਦੁਕਾਨ ਤੇ ਹਮਲਾ ਕੀਤਾ। 452 ਬੁਲਾਇਆ ਪੁਲਿਸ ਨੂੰ, ਇਸ ਵੀਡੀਓ ਨੂੰ ਸ਼ੇਅਰ ਕਰ ਦੋ।